वेलकम टू साडा यूट्यूब चैनल ते सुनाओ की हाल चाल ठीक ठाक और हाजी बाजी हो ते अज असीं व्लॉग स्टार्ट करने अज दे व्लॉग च तुहानू विखाने अज असीं जाणा है कुत्ते अपने जिहड़े शिकारी ग्रेहाउंड ने जिहड़े उन्हां नूं देणा ट्रायल ते सवेरे सवेरे उठ पए आ सवेरे साजरे ठा लिया अज मैनूं शिकारी हजरात ने मैनूं तां समझ नहीं आई जदों घरों निकलण लगे हां व्लॉग स्टार्ट करन दा वी याद नहीं रहा ते हुण जिथे पहुँचना सी उत्थे पहुँच गए हां ते तुहानूं विखाने आ बाकी किवें किवें असीं आए हां साडे घर तों तकरीबन है सी 25-30 किलोमीटर दूर ट्रायल लगा सी उन्हें विखाने ट्रायल भी तो किमें लगता किमें किमें दईदा ट्रायल कुत्ते भी बाकी तुम शौक भी कराने ग्रेहाउंड का जो कोई शिकारी हजरात को इंटरव्यू देना चाहे तो इंटरव्यू भी लाँगे बाकी इंटरव्यू वाली गल मुश्किल जी लगती है वैसे गाल मंदा बहुत शिकारी करते हैं तो मैं वेखना मैं कोशिश करना हां जी जी ते मला कैमर यार खोखर दी शिकारी शिकारी साहब जी दसो जी इंटरव्यू थोड़ा जा कुत्ते अपने इन जोड़े दे बारे दसो थोड़ा जा उची बोलो ना की गल ट्रायल हुण नहीं हले मतलब शुरू कीते ने ट्रायल ਕਿਦੋਂ ਕੋ ਤੇ 1.5 ਸਾਲ ਟਰਾਲਾਂ ਨੂੰ ਹੋ ਗਿਆ ਨਹੀਂ ਇਹ ਅੱਛਾ ਨਾ ਪਰਫਾਰਮ ਦੇ ਰਹੇ ਤੇ ਅੱਛਾ ਅੱਛਾ ਸਹੀ ਹਲੇ ਟਰਾਇਲ ਟਰੂਲ ਤੇ ਯਸ ਕਰ ਰਹੇ ਆ ਕੁੱਤੇ ਸਹੀ ਸੀਜ਼ਨ ਲੰਘ ਗਿਆ ਤੇ ਹੋਰ ਕੁੱਤਾ ਕੋ ਮਹੀਨਾ ਹੋ ਲੰਘ ਜਾਣਾ ਤਾਂ ਮੁੜ ਕੇ ਫਿਰ ਰੋਟੀ ਪਾਵਾਂਗੇ ਤੇ ਜਿਹੜਾ ਇਹਦਾ ਪਿਓ ਹੈ ਉਹਦੇ ਬਾਰੇ ਉਹਨਾਂ ਦੇ ਉਹਦੇ ਬਾਰੇ ਦੱਸੋ ਜਰਾ ਥੋੜਾ ਜਿਹਾ ਉਹ ਜਿਹੜਾ ਇਹਦਾ ਪਿਓ ਹੈ ਉਹ ਤਾਂ ਬੜਾ ਅੱਛਾ ਗ੍ਰਿਹਾਉਂ ਸੀ ਸੈਂਟਾ ਗੋਲਡ ਸਾਰਿਆਂ ਨੂੰ ਪਤਾ ਹੋਣਾ ਜਿਹੜੇ ਸ਼ਿਕਾਰੀ ਨੇ ਚਾਰ ਦਰਬੀਆਂ ਇੱਥੇ ਜਿੱਤਿਆ ਬਾਹਰ ਆਇਰਲੈਂਡ ਤੇ ਬੜੀਆਂ ਦਰਬੀਆਂ ਜਿੱਤਿਆ ਅੱਛਾ ਆਇਰਲੈਂਡ ਤੋਂ ਇੰਪੋਰਟ ਕਰਾਉਂਦੇ ਨੇ ਆਇਰਲੈਂਡ ਤੋਂ ਆਸਟ੍ਰੇਲੀਆ ਤੋਂ ਯੂਕੇ ਤੋਂ ਤੋਂ ਇੰਪੋਰਟ ਹੋ ਕੇ ਆਉਂਦੇ ਨੇ ਇੰਗਲੈਂਡ ਤੋਂ ਸਹੀ ਹੈ ਕੁੱਤੇ ਇੰਪੋਰਟ ਇੱਥੋਂ ਜਿਹੜੇ ਸ਼ਿਕਾਰੀ ਨੇ ਜਿਹੜੇ ਉਹ ਇੰਪੋਰਟਡ ਕਰਾਉਂਦੇ ਨੇ ਤੇ ਇਹ ਹੁਣ ਕੰਟਰੀ ਬਰੀਡ ਤੇ ਭਜਦੇ ਨੇ ਇਹ ਕੰਟਰੀ ਬਰੀਡ ਨੇ ਨਾ ਇਹਦਾ ਨਹੀਂ ਮਾਂ ਇੱਥੇ ਦੀ ਅਸਲ ਜਿਹੜੇ ਨੇ ਇੰਪੋਰਟਡ ਵੀ ਨੇ ਨਾ ਭਾਵੇਂ ਫੀਮੇਲ ਵੀ ਇੰਪੋਰਟਡ ਹੈ ਮੇਲ ਵੀ ਜਦੋਂ ਇੱਥੇ ਜੰਪਾ ਲਾਉਣੀ ਉਹ ਕੰਟਰੀ ਬਰੀਡਾਂ ਤੋਂ ਹੈ ਇਹ ਉਹ ਕੰਟਰੀ ਬਰੀਡ ਹੀ ਮੰਨਣਾ ਮਾਸ਼ਾਅੱਲਾ ਤੁਸੀਂ ਵੇਖੋ ਇਹਨਾਂ ਦੀ ਬੇਲ ਚੈੱਕ ਕਰੋ ਕੁੱਤੇ ਆ ਕੁੱਤੀ ਜੇ ਕੁੱਤੀ ਦੀ ਬੇਲ ਚੈੱਕ ਕਰੋ ਤੁਸੀਂ ਇਹ ਤੁਸੀਂ ਕੋਈ ਮਾਲੂਮ ਹੀ ਨਹੀਂ ਕਰ ਸਕਦਾ ਜੇ ਕਿ ਕੁੱਤੀ ਹੈ ਵੇਖੋ ਲੱਗਦੀ ਕੰਟਰੀ ਬਰੀਡ ਦੇ ਬੱਚੇ ਨੇ ਲੱਗਦੇ ਮੇਲਾ ਉੱਪਰ ਤੇ ਵੇਖੋ ਇਹਦੀ ਮਾਸ਼ਾਅੱਲਾ ਬੇਲ ਇਹਦੀ ਹਾਈਟ ਚੈੱਕ ਕਰੋ ਕੁੱਤੇ ਜੇ 1-1.5 ਇੰਚ ਦਾ ਫਰਕ ਹੈ ਤੇ ਕੁੱਤੇ ਦੀ ਮਾਸ਼ਾਅੱਲਾ ਹਾਈਟ ਕੀ ਆਖਦੇ ਨੇ ਖੋਤੇ ਜਿਹੜਾ ਕਰਦੇ ਇਹਦਾ ਵੀ ਤੇ ਕੁੱਤੀ ਥੋੜੀ ਜਿਹੀ ਸਾਵੀ ਹੈ ਇਹਦਾ ਨਾਮ ਹੈ ਸਟੋਕੀਓ ਤੇ ਕੁੱਤੇ ਦਾ ਰੈੱਡ ਰੈਮ ਹੈ ਜੀ ਨਾਮ ਤੇ ਥੋੜਾ ਜਿਹਾ ਕੀ ਉਹਨੂੰ ਕਹਿੰਦੇ ਨੇ ਰਤਾ ਹੈ
ਤੇ ਬਾਕੀ ਇਸ ਸ਼ਿਕਾਰੀ ਦਾ ਅਸੀਂ ਇੰਟਰਵਿਊ ਲੈ ਲਿਆ ਤੇ ਸ਼ਿਕਾਰੀ ਸਾਹਿਬ ਥੋੜਾ ਜਿਹਾ ਇਹ ਵੀ ਦੱਸੋ ਕਿ ਟ੍ਰਾਇਲ ਦੇ ਬਾਰੇ ਤੇ ਕਿੰਨੇ ਮੀਟਰ ਹੁੰਦਾ ਹੈ ਇਹਦੇ ਯਾਰ ਬਾਈ ਇਹਦਾ ਹੁੰਦਾ ਹੈ ਬੇਸਿਕਲੀ ਜਿਹੜਾ ਬੌਕਸ ਡਰਬੀ ਹੁੰਦਾ ਹੈ ਨਾ ਉਹ ਹੁੰਦੀ ਹੈ 300 ਮੀਟਰ ਦੀ 275 ਮੀਟਰ ਤੇ ਉਹਦੀ ਫਿਨਿਸ਼ ਲਾਈਨ ਹੁੰਦੀ ਹੈ ਸਹੀ ਹੈ ਤੇ ਜਿਹੜਾ 300 ਮੀਟਰ ਤੇ ਝੁੱਗੀ ਲਾਈ ਹੁੰਦੀ ਹੈ ਇਹਦਾ ਹੁੰਦਾ ਹੈ 200 ਮੌਸਮ ਦੇ ਹਿਸਾਬ ਨਾਲ ਕੁਝ ਸ਼ਿਕਾਰੀ ਰੱਖਦੇ ਨੇ ਜੇ ਹੁਣ ਗਰਮੀ ਹੋਣ ਡਈ ਹੈ ਹੁਣ 220 ਕਰ ਲੈਣਾ ਤੇ 240 ਤੇ ਝੁੱਗੀ ਲਾ ਦੇਣਾ ਸਹੀ ਹੈ ਤੇ ਜਿਹੜਾ ਆਮ ਹੈ ਉਹ 230 ਮੀਟਰ ਇਹਨਾਂ ਦੀ ਫਿਨਿਸ਼ ਲਾਈਨ ਹੈ ਤੇ 250 ਤੇ ਝੁੱਗੀ ਹੁੰਦੀ ਹੈ ਸਹੀ ਹੋ ਗਿਆ ਹਾਂਜੀ ਡਿੰਮੀ ਆ ਗਈ ਤੇ ਕੁੱਤੇ ਵੇਖ ਕੇ ਨਾ ਡਿੰਮੀ ਤੇ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਨੇ ਤੇ ਫਿਰ ਮਾਰ ਦੇਣ ਛਾਲਾਂ ਤੇ ਆਪਸ 'ਚ ਵੀ ਲੜ ਪੈਂਦੇ ਨੇ ਗੁੱਸੇ 'ਚ ਡਿੰਮੀ ਵੱਲ ਨੂੰ ਨਾ ਤੇ ਇਸ ਲਈ ਸ਼ਿਕਾਰੀ ਦਾ ਇੰਟਰਵਿਊ ਰਸਤੇ 'ਚ ਹੀ ਰਹਿ ਗਿਆ ਕਿਤੇ ਇੱਥੇ ਡਾਂਗ ਨਾ ਚੱਲ ਜਾਂਦੀ ਕੁੱਤਿਆਂ ਦੀ ਵੀ ਅੱਛਾ ਕਿੰਨੀਆਂ ਗੇਮਾਂ ਹੁੰਦੀਆਂ ਜੀ ਕੋਸ਼ੰਗ ਹੁੰਦੀ ਖੁੱਲੇ ਖਰਗੋਸ਼ ਵਾਲੀ ਅਸਲ ਵਾਲੀ ਤੇ ਬਾਕੀ ਆ ਤੇ ਹੁੰਦਾ ਨਾ ਨਕਲੀ ਕੰਮ ਫੇਕ ਹੀ ਹੁੰਦਾ ਤੇ ਬੰਨਿਆ ਹੁੰਦਾ ਤੇ ਇਹ ਹੁੰਦਾ ਡੋਰੀ ਟਰੈਕ ਹੁੰਦੀ ਇੱਕ ਤੇ ਇੱਕ ਹੁੰਦੀ ਬੌਕਸ ਦਰਦੀ ਉਹ ਤੇ 6 ਭੱਜਦੇ ਨੇ ਕੋਸ਼ੰਗ ਜੀ ਵੀ ਤੇ ਡੋਰੀ ਟਰੈਕ 'ਚ ਵੀ ਦੋ ਭੱਜਦੇ ਜੋੜਾ ਜੋੜਾ ਭੱਜਦਾ ਸਹੀ ਹੈ ਤੇ ਕੋਸ਼ੰਗ ਤੇ ਜਿਹੜੀ ਉਹ ਜਿੱਤ ਕਿਵੇਂ ਇਕਰਾਰ ਹੁੰਦੀ ਹੈ ਕਿਵੇਂ ਜਿੱਤਦਾ ਤੇ ਇਹ ਕਿ ਜਿਹੜਾ ਖਰਗੋਸ਼ ਨੂੰ ਪਹਿਲਾਂ ਟੱਚ ਕਰ ਲੈ ਟੱਚ ਕਰ ਲੈ ਸਹੀ ਹੈ ਚਾਹੇ ਉਹ ਪਿੱਛੂ ਜਾ ਕੇ ਰਾਸ਼ੀ ਕਰਕੇ ਪੇਵੇ ਚਾਹੇ ਜਿੰਨੀ ਵੀ ਪੇਵੇ ਸਿਰਫ ਖਰਗੋਸ਼ ਟੱਚ ਕਰਨ ਦੀ ਗੱਲ ਹੈ ਤੇ ਜੇ ਦੋਵਾਂ ਕੋ ਨਾ ਹੋਏ ਤਾਂ ਫਿਰ ਨੋ ਕੋਸ ਹੋਏ ਨਾ ਫਿਰ ਦੁਬਾਰਾ ਪਾਈ ਦੇ ਵਾਹ ਜੀ ਵਾਹ ਬਹੁਤ ਔਖਾ ਕੰਮ ਹੈ ਤੇ ਟ੍ਰਾਇਲ 'ਚ ਜਿਹੜਾ ਲਾਈਨ ਪਹਿਲਾਂ ਟੱਚ ਕਰ ਲੈ ਮੂੰਹ ਜਾਂ ਪੈਰ ਨੋਜ਼ ਸਹੀ ਹੈ ਠੀਕ ਹੈ ਜੀ ਤੇ ਬੜਾ ਅੱਛਾ ਇੰਟਰਵਿਊ ਰਿਹਾ ਬੜਾ ਇਨਫੋਰਮੇਟਿਵ ਰਿਹਾ ਚੋਰ ਸਾਹਿਬ ਦੇ ਨਾਲ ਚੋਰ ਸਾਹਿਬ ਹੁਣ ਬਹਿ ਜਾਓ ਪੈਰਾਂ ਭਾਰ ਕੁੱਤਾ ਲੈ ਤੁਹਾਡਾ ਇੰਟਰਵਿਊ ਹੋ ਗਿਆ ਉਹ ਸ਼ਿਕਾਰੀ ਬਣ ਜਾਓ ਸ਼ਾਬਾਸ਼ ਹਾਂਜੀ ਦੋਸਤੋ ਲੈ ਕੇ ਨਾ ਆ ਰਹੇ ਹਾਂ ਉੱਧਰ ਨਾ ਖਰਗੋਸ਼ ਜ਼ਿੰਦਾ ਵਿਖਾਉਣਾ ਸੀ ਉਹ ਵਿਖਾ ਕੇ ਨਾ ਉਹਦੇ ਨਾਲ ਇਹ ਹੁੰਦਾ ਕਿ ਕੁੱਤੇ ਤੇਰਾ ਲੈ ਬਹੁਤੀ ਕਰਦੇ ਨੇ ਲੈ ਸਮਝਦੇ ਹੋ ਲੈ ਕਹੀਦਾ ਕਿ ਮਤਲਬ ਬਹੁਤਾ ਫੋਕਸ ਕਰਦੇ ਨੇ ਹਾਂਜੀ ਇਹ ਉਸਤਾਦੇ ਮੋਹਤਰਮ ਨੇ ਚਾਚੂ ਜਾਨ ਵੀ ਨੇ ਨਾਲ ਉਸਤਾਦ ਜੀ ਵੀ ਨੇ ਅਤੇ ਸ਼ਗਿਰਦ ਖਾਸ ਹੈ ਨਾਲ ਇੱਕ ਸ਼ਗਿਰਦ ਉਸਤਾਦ ਦਾ ਹੋਰ ਵੀ ਹੈ ਅਤੇ ਉਹ ਲੇਟ ਹੋ ਗਿਆ ਪਿੱਛੋਂ ਆ ਰਹੇ ਸੀ ਉਹ ਲਹਿਦਾ ਕੁੱਤਾ ਲੈ ਕੇ ਅਤੇ ਉਹ ਪਹੁੰਚੇ ਨਹੀਂ ਹਜੇ ਤਾਂ ਮੈਨੂੰ ਲੱਗ ਰਿਹਾ ਕਿ ਉਸਤਾਦ ਜੀ ਦਾ ਭਾਰਾ ਹਾਈ ਹੋ ਰਿਹਾ ਅਤੇ ਆਉਂਦਿਆਂ ਹੀ ਉਹਨਾਂ ਨੂੰ ਕਿ ਉਹਦਾ ਨਾਮ ਲਈ ਦਾ ਬੜੀ ਬੜੀ ਗੱਲ ਪੈ ਜਾਣੀ ਹੈ ਵੱਡੀ ਵੱਡੀ ਉਸਤਾਦ ਜੀ ਉਸਤਾਦ ਡਾਢਾ ਬਹੁਤ ਜ਼ਿਆਦਾ ਮੈਂ ਤਾਂ ਉਸਤਾਦ ਦਾ ਸ਼ਗਿਰਦ ਹੀ ਨਹੀਂ ਹੁੰਦਾ ਬਚਾ ਦੀ ਇਸ 'ਚ ਵੇ ਇੱਜ਼ਤ ਆਪਣੇ ਹੱਥ 'ਚ ਵੇ ਉਸਤਾਦ ਲਾ ਕੇ ਚਿਪੜਾ ਦਿੰਦਾ ਪਿੱਛੋਂ ਹੁਣ ਚੱਲ ਰਹੀਆਂ ਮੈਨੂੰ ਵੀ ਛੱਡ ਦੇ ਮੋਬਾਈਲ ਦੀ ਜਾਨ ਅਗਾਂਹ ਆ ਜਾ ਅਤੇ ਸ਼ੁਗਲ ਵੇਖਦੇ ਹਾਂ ਸ਼ੁਗਲ ਮੇਰਾ ਨਾ ਲੱਗ ਜਾ ਉਸਤਾਦ ਨਾ ਇਹ ਵੀ ਨਾਲ ਬਚਣਾ ਪੈਂਦਾ ਵੇਖੋ ਹੁਣ ਤੁਹਾਨੂੰ ਸ਼ੌਕ ਸ਼ੁਗਲ ਵਿਖਾਉਣ ਬਾਬਾ ਵਾਰਸ ਕੀ ਹਾਲ ਹੈ ਤਰਾਕੜਾ ਮਰਦਾ ਆਓ ਜੀ ਇਹ ਸ਼ੁਗਲ ਜੀ ਹਾਂਜੀ ਕੈਸਾ ਬਾਬਾ ਜੀ ਇਹਦਾ ਕੀ ਫਾਇਦਾ ਵਿਖਾਵਣ ਦਾ ਹਾਂ ਥਾਲੀ ਤਾਂ ਨੇੜੇ ਕਰਨੀ ਨਹੀਂ ਇਹਦੇ ਹੁਣ ਟਾਇਰ ਹੀ ਮਰਨ ਦੇ ਉੱਤੇ ਚੜ੍ਹਨ ਪਾਉਂਦਾ ਅੱਛਾ ਗਰਮ ਹੋ ਜਾਂਦੇ ਬਹੁਤ ਜ਼ਿਆਦਾ ਵੇਖ ਕੇ ਜ਼ੋਰ ਜ਼ੋਰ ਮਾਰਦੇ ਨੇ ਤੇ ਪਾਣੀ ਉੱਤੇ ਨਾ ਥੋੜਾ ਜਿਹਾ ਸਿਰ ਤੇ ਪਾਈ ਦਾ ਪਾਣੀ ਮੂੰਹ ਤੇ ਉਹ ਜੇ ਫੁਰ ਹੋ ਗਿਆ ਤੇ ਸੀਨੇ ਤੇ ਮਾਰੀਦਾ ਥੋੜਾ ਜਿਹਾ ਪਾਣੀ ਬਹੁਤਾ ਵੀ ਨਹੀਂ ਮਾਰੀਦਾ ਤੇ ਪਿਆਈਦਾ ਵੀ ਨਹੀਂ ਇੰਨਾ ਜ਼ਰਾ ਮਾੜਾ ਜਿਵੇਂ ਮੂੰਹ ਨੂੰ ਲਾਈਦਾ ਹਾਲਾਂ ਗਿੱਲਾ ਕਰੀਦਾ ਉਸਤਾਦ ਸਖਤ ਜੀ ਉਸਤਾਦ ਸਖਤ ਹਾਂਜੀ ਦੋਸਤੋ ਤੇ ਕੁੱਤਾ ਤਿਆਰ ਕਰਨ ਦਾ ਹੁਣ ਕੁੱਤਾ ਅਸੀਂ ਲੱਗੇ ਹਾਂ ਭਜਾਉਣ ਇਹਦਾ ਮਕਸਦ ਇਹ ਹੁੰਦਾ ਜ਼ਰਾ ਗਰਮ ਹੋ ਜਾਂਦਾ ਕੁੱਤਾ ਜਿਹੜਾ ਭੱਜਣਾ ਹੁੰਦਾ ਨਾ ਇੱਕਦਮ ਇਹਨਾਂ ਜ਼ੋਰ ਮਾਰਨਾ ਹੁੰਦਾ ਫਿਰ ਪੱਠੇ ਨਹੀਂ ਖਿੱਚੇ ਜਾਂਦੇ ਇਹ ਚੰਗੀ ਤਰ੍ਹਾਂ ਪੱਟਾਂ 'ਤੇ ਮਾਰੀਦਾ ਲੱਕ ਲੁੱਕ 'ਤੇ ਵੀ ਧੌਣ 'ਤੇ ਵੈਂਟੋ ਹੱਥਾਂ ਨੂੰ ਲਾ ਕੇ ਨਾ ਅਤੇ ਮਾਰ ਕੇ ਚੰਗੀ ਤਰ੍ਹਾਂ ਮਸਾਜ ਕਰ ਦੇਈਦੀ ਆ ਇਹ ਗੁੜ ਜਿਹਾ ਬੱਚਿਆ
ਹੈਲਾ ਪਾਣੀ ਵਾਲੀ ਬੋਤਲ ਆਹ ਮਸ਼ੀਨ ਹੈ ਜੀ ਇਹਦੇ ਬਾਬਾ ਜੀ ਨੇ ਘੁਮਾਉਣਾ ਹੈ ਉੱਥੇ ਡੋਰ ਲੱਗੀ ਉਹ ਝੁੱਗੀ ਹੈ ਝੁੱਗੀ ਤੇ ਆ ਕੇ ਡਿੰਮੀ ਨੇ ਖਲੋਈ ਹੈ ਨਾ ਤੇ ਉਹ ਪਜਾਣ ਲੱਗੇ ਤਿਆਰ ਕਰਕੇ ਉਹ ਅੱਗੇ ਜਿਹੜਾ ਬੰਦਾ ਜਿਹੜਾ ਕੁੱਤਾ ਛੱਡਣ ਲੱਗਾ ਉਹਨੇ ਕੱਪੜਾ ਚੁੱਕਣਾ ਲਾਲ ਤੇ ਇਸ਼ਾਰਾ ਕਰਨਾ ਤੇ ਬਾਬਾ ਜੀ ਨੇ ਇੱਥੋਂ ਭਜਾ ਦੇਣਾ ਐਕਸਲ ਘੁਮਾ ਦੇਣਾ टोटा मेरे व्लॉग का मेन व्लॉग टोटा है क्यों दोस्तों दसो इन्हों की कणक खराब कर तेन डांग फेरनी है तो ये जे असल शौक ये वेख लो शगिर्द पूरा उस्ताद ते गया आ वेखो इनू असल पोज है जेड़ा पोज हुंदा ना शिकारियां दा ये ना कीता ते तुसी शिकारी नहीं बन सकते ये पोज करना पैंदा जिन्हां दी कणक वेंदे दूरू भैड़े ने ते अमर भी काणी काणी नजरे वेंदा कि सोट ना चल जाए मैनू वाह जी वाह बड़े बड़े सान ताजीदार आए ने ताजीदार ने हाँ जी माशाल्लाह जी ताजी दारा सलामुअलैकुम भाई की हाल जी सलामुअलैकुम भाई ठीक ठाक एडवोकेट साहब हाँ जी माशाल्लाह जी भाई दा हाँ जी आज मैं फस भैड़ा गया इन्हें अगे व्लॉग के चक्कर च माशाल्लाह भाई दा कुत्ता जी उधर नवाब मखदूम साहब दा भी कुत्ते दी बनाओ मखदूम फिर बहुत ज्यादा सट सी दो कुत्ते तेरे नहीं तो अहीं चार ही लैके जाने नी फिर व्हील लगा हैंडल घुमांदे ना फिर इधर भज्जी आउंदी लैके जा रहा उधर उत्थे पहुंचानी है स्टार्टिंग पॉइंट ते अगला कुत्ता भजना ट्रायल दे ले ने ते हुण शिकारी लगे ने अपना गुफ्तगू जिहड़ा असल शिकार है जिहड़ा मजा जो बचदा एंड ते वो यही है जिहड़ी हुण उहनां गपशप करनी है ते करने ने हिसाब लाने ने कीवें की भज्जा की सही रहा किहड़ा गलत जोड़ी जोड़ी लगेगी
बाबे दा इंटरव्यू नहीं कीता कर लिया कर लिया जखम का कोई जखम हां ब्रेक ऑयल सही नीले का भी शौक करो ये नीला कलर कहते हैं किन्ने राउंड उदन कटे आ रहे इस तीसरे राउंड तीसरे राउंड चेक करो माशाल्लाह तैयारी चे भी पूरा रंग भी चेक करो ए नीला कहते हैं शिकार की जबान चे शिकारी कुत्ते तन फिट हो गया ही थोड़ा जहा करके ना तीसरे राउंड गट गया ही कुत्ता कुत्ता चंगा हूँ ट्रायल रत्ते दूसरा देन लगे हैं रेड रैम न विखाने स्टार्टिंग पॉइंट तो ऐत की विखाना मैं दूसरा राउंड जी चेक करो तुसी किवें लै करन डिया ते जा रहा पूरे मजे नाल उधर नूं ट्रायल वाले नूं ग्राउंड वाले नूं लैके जा रहे ना उस्ताद भी पूरा मग च वे ए ट्रेनर जी सॉरी उस्ताद के पिछे रह गए ने ट्रेनर साहब ने ट्रेनर भी पूरे मग च तो कुत्ता भी पूरे मग च वे तो हूँ दूसरा राउंड अभी तुम हूँ स्टार्टिंग पॉइंट विखाने स्लिप कैसी लेंदा किवें स्टार्टिंग पॉइंट तू छी की करी दा सारा विखाने तुम दूसरी दफा फिर तैयार करना है हर दफा जो लाने पजाना तो तैयार कर सही है पैर चंगी तरह हाथ उथ मार लेना कंडा कुंडा ना कोई कोई बजरी कोई इंज की शाय फसी होंगी है वो चेक कर लीजा है थले लाल कपड़े तो थले डिमी है मरदा मरदास जी कैसा की है तड़ा सही है थोड़ा बाहर पाटा असल से की वजह बनी है ओ थोड़ी जी ग्राउंड और ऊंचा नहीं वाना इस वजह तो बाहर होया थोड़ा या हां ठीक लाइन तो बाहर होया कोई नहीं भाई दा उसने करदा चलो सही जिन्हों दसन डेया ना उन्हें पता है जिन्हों तू दसन डेया स्पॉन्सर साहब सुन लो सर स्पॉन्सर साढ़े ने जी मलिक जफर इकबाल साहब हाल जर्मनी हाल मुकीम जर्मनी हाल मुकीम जर्मनी हार नवाब खुरम कालों तैयार कर रहा जी अपने वाली कुत्ती नू ते मैच पै गया है खोर जी तुम कदरां दी ए भी ट्रेनर बड़ा आसान है जी गुजरे धरती का डॉक्टर नवाब मखदूम कुरम कालू डॉक्टर साहब भी ना सॉरी माजरा डॉक्टर साहब तुहाडा डॉक्टर नहीं लाया ठोडा ठुडे ना चला दे वाह जी वाह वाह जी वाह ट्रायल देन लगे हैं तुहानू खाने है भी स्टार्टिंग भी एंडिंग पॉइंट से भी उधर भी एक कैमरामैन टीम वड्डी कर ली है मैं जरा उधर भी कैमरामैन खड़ा किया ट्रेनिंग देख रहे हैं तुसी पट्ठे पुट्ठे ठीक हो जाते हैं जरा खिचाओ नहीं होता जरा गर्म हो जाते हैं पट्ठे नहीं खिचे जाते मुड़ देखो ये गर्म कुत्ता पूरा गर्म पा लेट करता ही।
जिगरा ही जिगरा ही नहीं कुछ ना लाई ये मतलब कैनल गुजर है जी सारा माशाल्लाह। देखो जी कुत्ता लगा कैसा है। वाह जी वाह। बैठ जा बैठ जा। अज दे व्लॉग दा इत्थे हुण करने आ एंड। तुहानू विखाया शौक आ शिकारी कुत्तियां दा ग्रेहाउंड दा। ਤੁਹਾਨੂੰ ਟਰਾਇਲ ਵੀ ਵਿਖਾਏ ਉਹਦਾ ਤਰੀਕਾ ਵੀ ਸਮਝਾਇਆ ਕਿਵੇਂ ਲਾਇਆ ਹੁੰਦਾ ਅਤੇ ਕੀ ਉਹਦਾ ਡਿੰਮੀ ਵੀ ਤੁਹਾਨੂੰ ਦਿਖਾਈ ਸਾਰਾ ਕੁਛ ਅਤੇ ਕੁੱਤੇ ਸ਼ੌਕ ਵੀ ਕਰਾਇਆ ਮਾਸ਼ਾਅੱਲਾ। ਸ਼ਿਕਾਰੀਆਂ ਦੇ ਇੰਟਰਵਿਊ ਵੀ ਲਏ ਨੇ ਅਤੇ ਬੜੀਆਂ ਕੰਮ ਦੀਆਂ ਗੱਲਾਂ ਦੇ ਫਜ਼ੂਲ ਗੱਲਾਂ ਵਿੱਚ ਹੋਈਆਂ ਅਤੇ ਕੀ ਉਹਦਾ ਨਾਮ ਲਈਦਾ। ਬਾਕੀ ਤੁਸੀਂ ਵੀਡੀਓ ਅੱਗੇ ਸ਼ੇਅਰ ਕਰਨੀ ਹੈ ਦੋਸਤਾਂ ਦੇ ਨਾਲ ਅਤੇ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰਨਾ ਅਤੇ ਇਹਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਅਤੇ ਸ਼ੁਗਲੀ ਅਤੇ ਮਤਲਬ ਮਜ਼ਾਕ ਵਾਲੀਆਂ ਅਤੇ ਤੁਹਾਨੂੰ ਮਜ਼ੇਦਾਰ ਵਲੋਗਸ ਆਉਂਦੇ ਰਹਿਣਗੇ ਅੱਗੇ ਵੀ ਸਾਡੇ। ਅਤੇ ਅਗਲੀ ਵੀਡੀਓ ਤੱਕ ਲਈ ਅੱਲਾ ਹਾਫਜ਼। ਦੁਆਵਾਂ 'ਚ ਯਾਦ ਰੱਖਿਓ।